ਪੰਜਾਬ ਸਰਕਾਰ ਦੇ ਹੁਕਮਾਂ ਤੇ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਨੂੰ ਤਰਨ ਤਾਰਨ ਜ਼ਿਲ੍ਹੇ ਵਿਖੇ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਹਿੰਦੁਸਤਾਨ ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ ਲਗਭਗ 6 ਕਿਲੋ ਹੈਰੋਇਨ ਬਰਾਮਦ ਕੀਤੀ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ DSP ਕਮਲਜੀਤ ਸਿੰਘ ਨੇ ਦੱਸਿਆ ਕਿ ਸਰਹੱਦ ਦੀ ਜ਼ੀਰੋ ਲਾਈਨ ਤੋਂ ਲਗਭਗ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਤਰਨ ਤਾਰਨ ਪੁਲਿਸ ਨਸ਼ੇ ਨੂੰ ਠੱਲ ਪਾਉਣ ਲਈ ਪੂਰੀ ਤਰ੍ਹਾਂ ਮੁਸ਼ਤੈਦ ਹੈ। ਜਿਸ ਦੇ ਚੱਲਦਿਆਂ ਚੱਲਦੇ ਸਾਲ ਦੇ ਹੁਣ ਤੱਕ ਲਗਭਗ 58 ਕਿਲੋ ਹੈਰੋਇਨ ਵੱਖ ਵੱਖ ਥਾਵਾਂ ਤੋਂ ਫੜੀ ਜਾ ਚੁੱਕੀ ਹੈ। ਅੱਜ ਮਾਨਯੋਗ SSP ਸਾਹਿਬ ਤਰਨ ਤਾਰਨ ਸ਼੍ਰੀ ਦਾਰੂਦਈਆ ਜੀ ਦੇ ਦਿਸ਼ਾ ਨਿਰਦੇਸ਼ 'ਤੇ ਜ਼ਿਲ੍ਹਾ ਤਰਨ ਤਾਰਨ ਪੁਲਿਸ ਨੂੰ ਇੱਕ ਨਾਰਕੋਟਿਕ ਦੇ ਸੰਬੰਧ ਵਿੱਚ ਵੱਡੀ ਰਿਕਵਰੀ ਵਿੱਚ ਕਾਮਯਾਬੀ ਹਾਸਲ ਹੋਈ ਹੈ। ਅੱਜ ਸਾਡੇ ਨਾਰਕੋਟਿਕ ਸੈੱਲ ਦੇ ਇੰਚਾਰਜ ASI ਗੁਰਦਿਆਲ ਸਿੰਘ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ BSF ਪੋਸਟ ਮੀਆਂ ਵਾਲਾ ਬਾਰਡਰ ਲਾਈਨ 'ਤੇ ਜ਼ੀਰੋ ਲਾਈਨ ਤੋਂ ਪਾਰ ਕੁਛ ਹੈਰੋਨ ਨੱਪੀ ਹੋਈ ਹੈ, ਜਿਸ 'ਤੇ ਬਾਹੁਕਮ SSP ਸਾਹਿਬ ਸਾਡੇ DSP ਸ਼੍ਰੀ ਰਾਜਵੀਰ ਸਿੰਘ ਸਬ ਡਿਵੀਜ਼ਨ ਭਿੱਖੀਵਿੰਡ ਦੀ ਨਿਗਰਾਨੀ ਦੇ ਅਧੀਨ ਪੁਲਿਸ ਪਾਰਟੀ ਨੇ BSF ਨੂੰ ਨਾਲ ਲੈ ਕੇ ਉਕਤ ਜਗ੍ਹਾ 'ਤੇ ਤਲਾਸ਼ੀ ਕੀਤੀ ਅਤੇ ਸਾਨੂੰ 5 ਕਿਲੋ 660 ਗ੍ਰਾਮ ਹੈਰੋਨ ਬਰਾਮਦ ਹੋਈ ਹੈ, ਜਿਸ 'ਤੇ ਉਕਤ ਤਫਤੀਸ਼ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਔਰ ਇਸ ਸੰਬੰਧ ਵਿੱਚ ਦੋਸ਼ੀਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰ, ਕਿੱਥੋਂ ਖਾਈ ਗਈ ਸੀ ਪੈਕਟਸ? ਇਹ ਭਾਰਤੀ ਹਿੱਸੇ ਦੇ ਵਿੱਚ ਕਰੀਬ 5 ਕਰਮਾ ਭਾਰਤੀ ਹਿੱਸੇ ਵਾਲੇ ਪਾਸੇ 1 ਫੁੱਟ ਜ਼ਮੀਨ ਦੇ ਥੱਲੇ ਨੱਪੀ ਹੋਈ ਸੀਗੀ। ਤਿੰਨ ਬੋਤਲਾਂ ਜਿਹੜੀਆਂ ਹੈਗੀਆਂ ਨੇ ਤਿੰਨਾਂ ਬੋਤਲਾਂ ਦੇ ਵਿੱਚ ਨੱਪੀ ਗਈ ਸੀ ਔਰ ਇਹਨਾਂ ਨੂੰ ਜ਼ਮੀਨ 'ਤੇ ਪੁੱਟ ਕੇ ਅਤੇ ਬਰਾਮਦ ਕੀਤੀ ਗਈ ਹੈ। ਸਰ, ਕੰਟੀਨਿਊਸਲੀ ਇਸ ਤਰ੍ਹਾਂ ਦੀ ਜਿਹੜੀ ਹੈ ਸੇਮ ਜਿਹੜੀ ਹੈ ਕੰਸਰਵੇਸ਼ਨ ਸਾਹਮਣੇ ਆ ਰਹੀ ਕਿ ਬੋਟਲਸ ਦੇ ਵਿੱਚ ਹੀ ਉੱਥੇ ਦਬਾਇਆ ਜਾ ਰਿਹਾ ਅਤੇ ਜਿਹੜੇ ਇਹਨਾਂ ਦੇ ਪਿੱਛੇ ਜਿਹੜੇ ਸਮਗਲਰਸ ਨੇ, ਕਿਉਂਕਿ 3-4 ਵਾਰ ਇੱਦਾਂ ਹੋ ਗਿਆ, ਉਹ ਹਜੇ ਤੱਕ ਆਈਡੈਂਟੀਫਾਈ ਨਹੀਂ ਹੋ ਪਾਏ? ਉਹਦੇ ਵਿੱਚ ਇਸ ਤਰ੍ਹਾਂ ਹੈ ਜੀ ਕਿ ਪਾਕਿਸਤਾਨ ਸਾਈਡ ਦੇ ਉੱਤੋਂ ਵੱਡੀ ਮਾਤਰਾ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਗਲਰਾਂ ਵੱਲੋਂ ਕਿ ਵੱਧ ਤੋਂ ਵੱਧ ਜਿਹੜੇ ਨਾਰਕੋਟਿਕ ਡਰੱਗਸ ਹੈਗੇ ਨੇ ਇਸ ਪਾਸੇ ਵੱਲ ਸੁੱਟੇ ਜਾਣ। ਅਸੀਂ ਹਰੇਕ ਮੁਕੱਦਮੇ ਨੂੰ ਡੀਪਲੀ ਦੇਖ ਰਹੇ ਹੈਗੇ ਹਾਂ ਔਰ ਸੀਨੀਅਰ ਅਫਸਰਾਂ ਦੀ ਦਿਸ਼ਾ ਨਿਰਦੇਸ਼ ਅਧੀਨ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਵਿੱਚ ਨਾਮਜ਼ਦ ਜੋ ਪਿੱਛੇ ਵੱਡੇ ਸਮਗਲਰ ਹੈਗੇ ਆ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ। ਤਫਤੀਸ਼ ਦੇ ਵਿੱਚ ਹਰ ਪਹਿਲੂ ਨੂੰ ਵੇਖ ਕੇ ਤਫਤੀਸ਼ ਕੀਤੀ ਜਾ ਰਹੀ ਹੈ। ਉਹਦੇ ਵਿੱਚ ਕੁਛ ਚੀਜ਼ਾਂ ਹੈਗੀਆਂ ਨੇ, ਜਿਵੇਂ ਇੱਕ ਸਾਡੇ 9 ਕਿਲੋ ਦੀ ਰਿਕਵਰੀ ਹੋਈ ਸੀਗੀ, ਉਹਦੇ ਵਿੱਚ ਗੁਰਲਾਲ ਸਿੰਘ ਨਾਂ ਦਾ ਸਮਗਲਰ ਜਿਹੜਾ ਵਾ ਉਹ ਅਸੀਂ ਅਰੈਸਟ ਕੀਤਾ ਹੈਗਾ ਵਾ, ਉਹ ਬਿਲਕੁਲ। ਔਰ ਉਸੇ ਤਰ੍ਹਾਂ ਦੂਸਰੇ ਮੁਕੱਦਮੇ ਜਿਹੜੇ ਅੰਡਰ ਇਨਵੈਸਟੀਗੇਸ਼ਨ ਚੱਲ ਰਹੇ ਆ ਉਹਦੇ ਵਿੱਚ ਵੀ ਦੋਸ਼ੀਆਂ ਨੂੰ ਫੜਨ ਦੇ ਅਸੀਂ ਲੱਗ ਗਏ ਹੈਗੇ। ਜਿਹੜੇ ਜ਼ਮੀਨ ਦੇ ਵਿੱਚ ਦੱਬੇ ਗਏ ਸਾਨੂੰ ਪੁੱਟੀ ਹੈ ਜਾਂ ਰਿਕਵਰੀ ਹੋਈ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਤਫਤੀਸ਼ ਕਰਾਂਗੇ, ਜੇਕਰ ਕੋਈ ਉਹਨਾਂ ਦਾ ਪਾਰਟ ਆਏਗਾ ਤਾਂ ਉਹਨਾਂ ਨੂੰ ਉਸੇ ਮੁਤਾਬਕ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਹੈ। ਹੁਣ ਤੱਕ ਤਰਨ ਤਾਰਨ ਪੁਲਿਸ ਵੱਲੋਂ 1-1-20 ਤੋਂ ਕੁੱਲ 57 ਕਿਲੋ 937 ਗ੍ਰਾਮ ਹੈਰੋਨ ਬਰਾਮਦ ਹੋ ਚੁੱਕੀ ਹੈ। ਮਾਰਕੀਟ ਦੇ ਵਿੱਚ ਤੋਂ 1 KG ਜਿਹੜੀ ਹੈਰੋਨ ਆ ਉਹ 5 ਕਰੋੜ ਦੇ ਨਾਲ ਮਾਪੀ ਜਾਂਦੀ ਹੈ ਔਰ ਉਸ ਹਿਸਾਬ ਨਾਲ ਇਹ 25 ਕਰੋੜ ਦੇ ਕਰੀਬ ਇਹਦੀ ਇੰਟਰਨੈਸ਼ਨਲ ਮਾਰਕੀਟ ਆਂਕੀ ਜਾ ਸਕਦੀ ਹੈ। ਰੇਡੀਓ ਪੰਜਾਬ ਟੁਡੇ ਲਈ ਤਰਨ ਤਾਰਨ ਤੋਂ ਰਸ਼ਪਾਲ ਸਿੰਘ ਪੰਨੂ ਦੇ ਨਾਲ ਸਿਮਰਨ ਦੀ ਰਿਪੋਰਟ।